ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਾਰਿਆਂ ਨੂੰ ਪਤਾ ਹੀ ਆ ਕੱਲ ਦਾ ਬਾਦਲ ਸਾਹਿਬ ਨੇ ਜਦੋਂ ਦਾ ਐਲਾਨ ਕੀਤਾ ਕਿ 400 ਯੂਨਿਟ ਹਰੇਕ ਘਰ ਨੂੰ ਹਰੇਕ ਪੰਜਾਬੀ ਨੂੰ ਮਾਫ ਕੀਤੇ ਜਾਣਗੇ ਬਿਜਲੀ ਦੇ ਦਾਦਾ ਹੀ ਪੰਜਾਬ ਦੇ ਵਿੱਚ ਮਾਹੌਲ ਬਹੁਤ ਵਧੀਆ ਹੋਇਆ ਸਾਰੇ ਮਤਲਬ ਖੁਸ਼ ਹੋਏ ਆ ਸੋਚ ਸੋਚ ਕੇ ਕਿ ਬਿੱਲ ਤਾਂ ਹੁਣ ਆਇਆ ਹੀ ਨਹੀਂ ਕਰਨਾ ਕਿਉਂਕਿ ਕੇਜਰੀਵਾਲ ਨੇ ਕਿਹਾ ਸੀ ਕਿ 300 ਯੂਨਿਟ ਮਾਫ ਦੇਵਾਂਗੇ ਤੇ ਬਾਦਲ ਸਾਹਿਬ ਹੁਣ ਕਹਿ ਗਿਆ ਕੱਲ ਕਿ 400 ਯੂਨਿਟ ਹਰ ਪੰਜਾਬੀ ਨੂੰ ਮਾਫ ਕਰਾਂਗੇ ਤੇ ਮੈਂ ਚੱਲਾ ਸੀਗਾ ਜੀ ਦਿਖਾਈ ਦੇਵਾਂ ਮੈਂ ਬਿਜਲੀ ਦਾ ਬਿੱਲ ਦੇਣ ਚੱਲਾ ਸੀ ਅੱਜ ਆਖਰੀ ਤਰੀਕ ਆ ਤੇ ਮੈਂ ਬਿਜਲੀ ਦਾ ਬਿੱਲ ਦੇਣ ਚੱਲਾ ਸੀਗਾ ਜੀ ਅੱਜ ਤੇ ਨਾਲ ਮੈਂ ਇੱਕ ਹੋਰ ਨਵਾਂ ਮੀਟਰ ਅਪਲਾਈ ਕਰਨਾ ਕਿਉਂਕਿ ਸਾਡੇ ਨਾ 600-700 ਯੂਨਿਟ ਦੀ ਖਪਤ ਆ ਅਤੇ ਮੈਂ ਸੋਚਿਆ ਕਿ ਇੱਕ ਮੀਟਰ ਹੀ ਹੋਰ ਲਵਾ ਲੈਂਦੇ ਹਾਂ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਦੋਨਾਂ ਮੀਟਰਾਂ 'ਤੇ 400-400 ਤੋਂ ਥੱਲੇ ਯੂਨਿਟ ਹੋਊਗੀ ਤਾਂ ਜਿਹੜੀ ਇਹ ਸਕੀਮ ਆ ਆਉਣੀ ਸਰਕਾਰ ਦੀ ਜੇ ਕੇਜਰੀਵਾਲ ਸਾਹਿਬ ਆ ਗਏ ਤਾਂ ਵੀ ਫਾਇਦਾ ਹੀ ਆ ਜੇ ਬਾਦਲ ਸਾਹਿਬ ਆ ਗਏ ਤਾਂ ਵੀ ਫਾਇਦਾ ਹੀ ਆ ਅਤੇ ਮੈਂ ਇਸੇ ਕਰਕੇ ਮੀਟਰ ਇੱਕ ਹੋਰ ਲਵਾਉਣਾ ਤਾਂ ਕਿ ਜਿੰਨੀ ਸਕੀਮ ਦੇ ਵਿੱਚ ਇਹਨਾਂ ਨੇ ਯੂਨਿਟ ਦੱਸੀਆਂ ਉਹ ਤੋਂ ਥੱਲੇ ਥੱਲੇ ਹੀ ਬਿਜਲੀ ਹੋਵੇ ਇੱਕ ਚੀਜ਼ ਹੋਰ ਤਾਂ ਸ਼ਾਇਦ ਹੁਣ ਕੈਪਟਨ ਸਾਹਿਬ ਵੀ ਐਲਾਨ ਕਰਨਗੇ ਥੋੜ੍ਹੇ ਦਿਨਾਂ ਤੱਕ ਕੈਪਟਨ ਸਾਹਿਬ ਤਾਂ ਮੌਜੂਦਾ ਸਰਕਾਰ ਦੇ ਵਿੱਚ ਆ ਉਹ 600 ਯੂਨਿਟ ਤੱਕ ਦਾ ਐਲਾਨ ਕਰ ਸਕਦੇ ਆ ਵੀ 600 ਯੂਨਿਟ ਅਸੀਂ ਮਾਫ਼ ਕਰਾਂਗੇ ਅਤੇ ਇਹ ਵੀ ਹੋ ਸਕਦਾ ਕਿ ਜਿਨ੍ਹਾਂ ਦੀ 600 ਯੂਨਿਟ ਨਾ ਫੂਕ ਹੋਵੇ ਜਿੱਦਾਂ ਹੁਣ ਮੰਨ ਲਓ 600 ਯੂਨਿਟ ਕਿਸੇ ਨੂੰ ਮਾਫ਼ ਦੇ ਕਰ ਦਿੱਤੀ ਅਤੇ ਜੇ ਯੂਨਿਟ ਉਹਨੇ ਫੂਕੇ 300 ਜਾਂ 400 ਜਿਹੜੀਆਂ 200 ਯੂਨਿਟ ਬਚਣੀਆਂ ਸਰਕਾਰ ਵੱਲ ਰਹਿ ਗਈਆਂ ਜਿਹੜੀਆਂ ਅਸੀਂ ਨਹੀਂ ਫੂਕੀਆਂ ਸ਼ਾਇਦ ਉਹ 200 ਯੂਨਿਟ ਦੇ ਪੈਸੇ ਵੀ ਬੰਦੇ ਦੇ ਖਾਤੇ 'ਚ ਆਇਆ ਕਰੂਗੇ ਅਤੇ ਇੱਦਾਂ ਦਾ ਐਲਾਨ ਕੁਝ ਆਉਣ ਵਾਲੇ ਦਿਨਾਂ 'ਚ ਨਾ ਕੈਪਟਨ ਸਾਹਿਬ ਵੀ ਕਰ ਸਕਦੇ ਆ ਅਤੇ ਬਾਕੀ ਵੀ ਸੱਚੀ ਬਹੁਤ ਖੁਸ਼ੀ ਵਾਲੀ ਗੱਲ ਆ ਕਿ ਹੁਣ ਬਿਜਲੀ ਦਾ ਬਿੱਲ ਕਿਸੇ ਨੂੰ ਨਹੀਂ ਦੇਣਾ ਪਿਆ ਕਰਨਾ ਵਧੀਆ ਗੱਲ ਆ ਮੈਂ ਤਾਂ ਕਹਿੰਦਾ ਛੇਤੀ ਤੋਂ ਛੇਤੀ ਸਰਕਾਰ ਬਣੇ ਉਹ ਇਲੈਕਸ਼ਨ ਆਉਣ ਇੱਕ ਤਾਂ ਪੰਗਾ ਹੀ ਇੱਕ ਆ ਕਿ ਬੰਦੇ ਦੀ ਵੋਟ ਹੈ ਗਿਆ ਮੇਰੀਆਂ ਤਾਂ ਜੇ 4-5 ਵੋਟਾਂ ਹੋਣੀਆਂ ਮੈਂ ਤਾਂ ਸਾਰੀਆਂ ਪਾਰਟੀਆਂ ਨੂੰ ਪਾ ਦੇਣੀਆਂ ਸੀ ਬਾਅਦ 'ਚ ਕਹਿਣ ਨੂੰ ਤਾਂ ਹੁੰਦੇ ਵੀ ਆਪਾਂ ਇਹਨਾਂ ਨੂੰ ਵੋਟ ਪਾਈ ਆ ਉਹ ਤਾਂ ਝੂਠੇ ਕਹਿ ਦਿਆਂਗੇ ਕਿ ਤੁਹਾਨੂੰ ਹੀ ਪਾਈ ਸੀ ਜੇ ਜਿਹਦੀ ਵੀ ਸਰਕਾਰ ਬਣ ਗਈ ਮੇਨ ਤਾਂ ਲੋਕਾਂ ਦਾ ਫਾਇਦਾ ਹੋਣਾ ਚਾਹੀਦਾ ਹੈ ਨਾ ਮੈਨੂੰ ਨਾ ਇੱਕ ਕਹਾਣੀ ਯਾਦ ਆਉਂਦੀ ਆ ਜੋ ਹਾਲਾਤ ਬਣੇ ਹੋਏ ਪੰਜਾਬ ਦੇ ਉਹ ਕਹਾਣੀ ਇੱਦਾਂ ਕਿ ਜਿੱਦਾਂ ਹੁਣ ਨਾ 2-3-4 ਸਾਲ ਬਾਅਦ ਵਰਲਡ ਕੱਪ ਹੁੰਦਾ ਆ ਫੁੱਟਬਾਲ ਦਾ ਜਾਂ ਕ੍ਰਿਕਟ ਦਾ ਇੱਦਾਂ ਹੀ ਨਾ ਪੁਰਾਣੇ ਰਾਜੇ ਮਹਾਰਾਜਿਆਂ ਦੇ ਟਾਈਮ ਦੇ ਵਿੱਚ ਨਾ ਕਵੀ ਦਰਬਾਰ ਲੱਗਦੇ ਹੁੰਦੇ ਸੀਗੇ ਉਹ ਜਦੋਂ ਕਵੀ ਦਰਬਾਰ ਲੱਗਦੇ ਹੁੰਦੇ ਸੀ ਤਾਂ ਕਵੀ ਤੁਰ ਕੇ ਜਿੱਦਾਂ ਜਾਂਦੇ ਹੁੰਦੇ ਸੀ ਜਿੱਥੇ ਦਰਬਾਰ ਲੱਗਦਾ ਹੁੰਦਾ ਸੀ ਰਾਜੇ ਦੇ ਦਰਬਾਰ 'ਚ ਤਾਂ ਇੱਕ ਵਾਰੀ ਕਵੀ ਇਕੱਠੇ ਹੋ ਕੇ ਜਾਂਦੇ ਸੀਗੇ ਕਵੀ ਦਰਬਾਰ ਹੋਣਾ ਸੀ ਉੱਥੇ ਤਾਂ ਰਾਜ ਕਵੀਆਂ ਨੂੰ ਨਾ ਡਾਕੂਆਂ ਨੇ ਘੇਰ ਲਿਆ ਅਤੇ ਕਵੀਆਂ ਨੇ ਵਿਚਾਰਿਆਂ ਨੇ ਬੜੇ ਮਿਹਨਤ ਤਾਲਾ ਕੀਤੇ ਡਾਕੂਆਂ ਦੇ ਵੀ ਮਹਾਰਾਜ ਸਾਡੇ ਕੋਲ ਤਾਂ ਕੁਛ ਨਹੀਂ ਹੈਗਾ ਵੀ ਸਾਡੇ ਕੋਲ ਤਾਂ 100-100 ਰੁਪਈਆ ਵੀ ਨਹੀਂ ਸਾਡਾ ਤਾਂ ਕਿਸੇ ਨੇ ਤੁਹਾਨੂੰ 10 ਰੁਪਈਏ ਵੀ ਨਹੀਂ ਦੇਣੇ ਜੇ ਤੁਸੀਂ ਸਾਨੂੰ ਕਿਡਨੈਪ ਵੀ ਕਰ ਲਿਆ ਜਾਂ ਸਾਡੀ ਫਰੌਤੀ ਵੀ ਮੰਗ ਲਈ ਜਾਂ ਤੁਸੀਂ ਸਾਨੂੰ ਸਾਡੇ ਕੋਲ ਖੋਹਣ ਨੂੰ ਕੀ ਆ ਕੁਛ ਵੀ ਨਹੀਂ ਹੈਗਾ ਅਸੀਂ ਤਾਂ ਸਿਰਫ ਕਵਿਤਾਵਾਂ ਆ ਅਸੀਂ ਤਾਂ ਗਾ ਸਕਦੇ ਹਾਂ ਡਾਕੂਆਂ ਦਾ ਜਿਹੜਾ ਸਰਦਾਰ ਕਹਿੰਦਾ ਯਾਰ ਅਸੀਂ ਇੰਨੀ ਮਿਹਨਤ ਕੀਤੀ ਆ ਹੁਣ ਅਸੀਂ ਮਿਹਨਤ ਬੇਕਾਰ ਨਹੀਂ ਜਾਣ ਦੇਣੀ ਅਤੇ ਵੀ ਤੁਸੀਂ ਇੱਦਾਂ ਕਰੋ ਕਵੀ ਦਰਬਾਰ ਇੱਥੇ ਲਾਓ ਅਤੇ ਵੀ ਤੁਹਾਨੂੰ ਤੁਸੀਂ ਸਾਨੂੰ ਕਵਿਤਾਵਾਂ ਸੁਣਾਓ ਉਹ ਕਵੀਆਂ ਨੇ ਆਪਸ 'ਚ ਸਲਾਹ ਕੀਤੀ ਕਵੀ ਕਹਿੰਦਾ ਜਿਹੜਾ ਕਵੀਆਂ ਦਾ ਕੋਈ ਮੇਨ ਮੋਹਰੀ ਸੀਗਾ ਉਹ ਕਹਿੰਦਾ ਦੇਖ ਲੈਂਦੇ ਹਾਂ ਕਹਿੰਦਾ ਕੀ ਪਤਾ ਕਹਿੰਦਾ ਡਾਕੂ ਖੁਸ਼ ਹੋ ਕੇ ਸਾਨੂੰ ਕੁਛ ਕਹਿੰਦਾ ਸਾਡੀ ਮਿਹਨਤ ਦੇ ਦੇਣ ਅਤੇ ਬਾਕੀ ਸਾਰੇ ਕਵੀ ਵੀ ਮੰਨ ਗਏ ਵੀ ਚੱਲ ਕੋਈ ਨਹੀਂ ਆਪਾਂ ਕਵੀ ਦਰਬਾਰ ਇੱਥੇ ਲਾ ਲੈਣਾ ਆਪਾਂ ਜਾਣਾ ਹੀ ਨਹੀਂ ਗਾ ਹਾਂ ਅਤੇ ਹੋਇਆ ਕਿ ਉਹਨਾਂ ਨੇ ਜੀ ਕਵਿਤਾਵਾਂ ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂ ਜਦੋਂ ਉਹਨਾਂ ਨੇ ਕਵਿਤਾਵਾਂ ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਡਾਕੂ ਖੁਸ਼ ਬਹੁਤ ਹੋਏ ਡਾਕੂਆਂ ਨੇ ਜਿੰਨਾ ਪਹਿਲਾਂ ਸੋਨਾ ਚਾਂਦੀ ਲੁੱਟਿਓ ਸੀਗੇ ਕਵੀਆਂ ਨੂੰ ਲੱਦ ਦਿੱਤਾ ਕਵੀਆਂ ਨੂੰ ਸਾਰਾ ਕੁਛ ਉਹਨਾਂ ਨੂੰ ਭਰ ਭਰ ਕੇ ਬੋਰੇ ਕਵੀਆਂ ਨੂੰ ਦੇ ਦਿੱਤੇ ਮਤਲਬ ਕਵੀਆਂ ਤੋਂ ਇੰਨੇ ਖੁਸ਼ ਹੋਏ ਡਾਕੂ ਉਹਨਾਂ ਨੇ ਸਾਰਾ ਸੋਨਾ ਚਾਂਦੀ ਗਹਿਣੇ ਕਵੀਆਂ ਨੂੰ ਦੇ ਦਿੱਤੇ ਅਤੇ ਕਵੀ ਉੱਥੋਂ ਲੈ ਕੇ ਨਿਕਲ ਗਏ ਕਵੀ ਬੜੇ ਖੁਸ਼ ਹੋਏ ਆਪਸ 'ਚ ਗੱਲਾਂ ਕਰਦੇ ਜਾਣ ਵੀ ਯਾਰ ਰਾਜੇ ਦੇ ਦਰਬਾਰ ਤਾਂ ਸਾਨੂੰ ਇੱਕ ਨੂੰ ਵੀ ਨਹੀਂ ਕੁਛ ਅਤੇ ਮੁੰਦਰੀ ਮੰਦਰੀ ਵੀ ਨਹੀਂ ਮਿਲਣੀ ਸੀ ਆ ਤਾਂ ਸਾਰਿਆਂ ਨੂੰ ਗਹਿਣੇ ਚਾਂਦੀਆਂ ਨਾਲ ਲੱਦਤਾ ਡਾਕੂਆਂ ਨੇ ਵੀ ਇਹ ਤਾਂ ਕੰਮ ਹੀ ਬਹੁਤ ਵਧੀਆ ਹੋਇਆ ਅਤੇ ਥੋੜ੍ਹਾ ਜਿਹਾ ਅੱਗੇ ਜਦੋਂ ਜਾਂਦੇ ਆ ਨਾ ਕਵੀ ਜਦੋਂ ਹੋਰ 10 ਕਿਲੋਮੀਟਰ ਤੁਰ ਕੇ ਚੱਲ ਜਾਂਦੇ ਆ ਤਾਂ ਮੋਹਰੇ ਉਹੀ ਡਾਕੂ ਆ ਜਾਂਦੇ ਆ ਉਹ ਜਿਹੜੇ ਡਾਕੂਆਂ ਨੇ ਉਹਨਾਂ ਨੂੰ ਗਹਿਣੇ ਦਿੱਤੇ ਹੁੰਦੇ ਆ ਜਿਹੜਾ ਉਹਨਾਂ ਨੂੰ ਮਤਲਬ ਸੋਨਾ ਚਾਂਦੀ ਦਿੱਤਾ ਹੁੰਦਾ ਉਹ ਡਾਕੂ ਉਹਨਾਂ ਨੂੰ ਫਿਰ ਲੁੱਟ ਲੈਂਦੇ ਆ ਅਤੇ ਉਹ ਕਵੀ ਕਹਿੰਦੇ ਮਹਾਰਾਜ ਆਹ ਕੀ ਆ ਤੁਸੀਂ ਤਾਂ ਦਿੱਤਾ ਵੀ ਹੁਣ ਸਾਨੂੰ ਕੱਲ੍ਹ ਲੁੱਟਣ ਲੱਗੇ ਆ
ਉਹ ਕਹਿੰਦਾ ਉਹ ਸਾਡਾ ਕਹਿੰਦਾ ਉਸ ਵੇਲੇ ਤੁਹਾਡੀਆਂ ਕਵਿਤਾਵਾਂ ਸੁਣ ਕੇ ਤੁਹਾਨੂੰ ਦੇਣਾ ਕਹਿੰਦਾ ਸਾਡਾ ਫਰਜ਼ ਸੀਗਾ ਕਹਿੰਦਾ ਜਿਹੜਾ ਵੀ ਕਹਿੰਦਾ ਜਿਹੜਾ ਹੁਣ ਤੁਹਾਨੂੰ ਅਸੀਂ ਲੁੱਟਦੇ ਪਏ ਆ ਕਹਿੰਦਾ ਇਹ ਤੁਹਾਨੂੰ ਲੁੱਟਣਾ ਕਹਿੰਦਾ ਸਾਡਾ ਪੇਸ਼ਾ ਆ ਇੱਕ ਵਾਰੀ ਫਿਰ ਦੱਸਦਾ ਡਾਕੂ ਕਹਿੰਦੇ ਕਿ ਜਦੋਂ ਤੁਹਾਨੂੰ ਅਸੀਂ ਤੁਹਾਡੇ ਤੋਂ ਕਵਿਤਾਵਾਂ ਸੁਣੀਆਂ ਤੁਹਾਡੇ ਤੋਂ ਖੁਸ਼ ਹੋ ਕੇ ਤੁਹਾਨੂੰ ਜਿਹੜਾ ਜੋ ਅਸੀਂ ਇਨਾਮ ਦਿੱਤਾ ਉਹ ਸਾਡਾ ਫਰਜ਼ ਸੀਗਾ ਪਰ ਜਿਹੜਾ ਅਸੀਂ ਤੁਹਾਨੂੰ ਲੁੱਟਦੇ ਪਏ ਹਾਂ ਲੁੱਟਣਾ ਤੁਹਾਨੂੰ ਇਹ ਸਾਡਾ ਪੇਸ਼ਾ ਆ ਮਤਲਬ ਕਿ ਹੁਣ ਅਸੀਂ ਆਪਣਾ ਕੰਮ ਕਰਦੇ ਪਏ ਹਾਂ ਉਦੋਂ ਤੁਸੀਂ ਆਪਣਾ ਕੰਮ ਕਰਦੇ ਪਏ ਸੀ ਅਤੇ ਵਿਚਾਰੇ ਕਵੀ ਮੁੜ ਕੇ ਉੱਥੋਂ ਰੋਂਦੇ ਵਾਪਸ ਆ ਜਾਂਦੇ ਆ ਅਤੇ ਹੁਣ ਪੰਜਾਬੀ ਉਹ ਫੈਸਲਾ ਤੁਹਾਡੇ ਹੱਥ ਆ ਵੀ ਭਾਈ ਤੁਸੀਂ ਕਿੱਦਾਂ ਕਰਨੀ ਆ ਅਤੇ ਪੰਜਾਬੀਓ ਇਸ ਵਾਰ ਖਿਆਲ ਰੱਖਿਓ ਬਾਅਦ ਵਿੱਚ ਨਾ ਮੂੰਹ ਲਟਕਾ ਕੇ ਬੈਠਿਓ ਠੀਕ ਆ ਅਤੇ ਇੰਨੀ ਕੁ ਮੇਰੀ ਗੱਲ ਸੀ ਅਤੇ ਚੰਗੀ ਲੱਗੇ ਤਾਂ ਜ਼ਰੂਰ ਸ਼ੇਅਰ ਕਰ ਦਿਓ ਧੰਨਵਾਦ ਦੋਸਤੋ।